ਉਸ ਟਾਈਮ ਦੀ ਗੱਲ ਹੈ ਜਦੋਂ ਮਾਤਾ ਗੀਤਾ ਜੀ ਨੇ ਬਾਬਾ ਜੋਗਿੰਦਰ ਨਾਥ ਕੋਲੋਂ ਇੱਕ ਪੁੱਤਰ ਮੰਗਿਆ। ਬਾਬਾ ਜੋਗਿੰਦਰ ਨਾਥ ਜੀ ਕਹਿਣ ਲੱਗੇ ਤੁਹਾਡੇ ਦੋ ਪੁੱਤਰ ਹੋਣਗੇ, ਉਹਨਾਂ ਵਿੱਚੋਂ ਇੱਕ ਤੁਹਾਡੇ ਕੋਲ ਰਹੂਗਾ, ਇੱਕ ਮੇਰਾ ਬਣ ਕੇ ਰਹੂਗਾ। ਜਦੋਂ ਉਹਨਾਂ ਨੂੰ ਚੇਤਾ ਭੁੱਲ ਗਿਆ, ਬਾਬਾ ਜੀ ਨੇ ਆ ਕੇ ਅਮਰਨਾਥ ਜੀ ਨੂੰ ਚੇਤੇ ਕਰਾਇਆ। ਇਹ ਉਸ ਟਾਈਮ ਦੀ ਭੇਟ ਹੈ, ਇਸ ਨੂੰ ਸਰਵਣ ਕਰੋ ਜੀ।
ਪੱਕੇ